ਚਾਚਾ ਮਿਸਤਰੀ ਸੋਹਣਿਆ ਦੁੱਧ ਪੀ ਗਏ ਨੇ ਬੱਚੇ, ਆ ਜਾ ਪੀ ਜਾ ਆ ਜਾ, ਭੇਜਤੀ ਤਾਂ ਸਬਰ ਲੈ। ਹਾਂਜੀ ਆਵਾਜ਼ਾਂ ਦੇ ਰਹੇ ਚਾਚਾ ਮਿਸਤਰੀ, ਕਿੱਥੇ ਹੋ? ਬਖਸ਼ੂ ਤੇਰਾ ਕੱਖ ਨਾ ਰਹੇ, ਤੇਰਾ ਖਾਨਾ ਖਰਾਬ ਹੋ ਜਾ। ਆ ਕੇ ਆ ਕੇ ਬੋਲੇ, ਜਰਾ ਉੱਪਰ ਬੋਲੇ, ਕੋਈ ਇਸ ਬਾਤ ਨਹੀਂ। ਯੈਸ, ਜਰਾ ਉੱਚੀ ਬੋਲੋ, ਬੋਰੀ ਥੱਲੇ ਆ ਜਾ। ਹਾਂ ਮੈਂ ਕਹਿ ਰਹੀ ਆ ਤੇਰਾ ਕੱਖ ਨਾ ਰਹੇ, ਤੇਰਾ ਖਾਨਾ ਖਰਾਬ ਹੋ ਜਾਏ। ਤੇਰਾ ਵੀ ਕੱਖ ਨਹੀਂ, ਤੂੰ ਸਾਡਾ ਦਰਵਾਜ਼ਾ ਤੋੜੇ ਕਿਉਂ ਵਜਾ? ਹਾਏ, ਤੇਰਾ ਖਾਨਾ ਖਰਾਬ, ਤੇਰਾ ਕੱਖ ਨਾ ਰਵੇ, ਤੇਰਾ ਵੀ ਕੱਖ ਨਾ ਰਵੇ। ਕਿਉਂ? ਤੇਰੇ ਵੀ ਖਾਨੇ ਖਰਾਬ ਹੋ, ਤੈਨੂੰ ਪਤਾ ਲੱਗੇ ਬੇਰੋਜ਼ਗਾਰੀ ਕੀ ਹੈ। ਹੈ, 5 ਦਿਨ ਤੋਂ ਮੈਂ ਬੂਹਾ ਖੜਕਾਣਿਆ। ਚਾਚਾ ਮਿਸਤਰੀ ਹੈ ਕਿੱਥੇ? ਚਾਚਾ ਮਿਸਤਰੀ ਹੈ ਕਿੱਥੇ? ਆਹੋ, ਉਹ ਤੇ ਤੈਨੂੰ ਮੁਬਾਰਕ ਹੋਏ। ਮਾਂ ਬਣਨ ਵਾਲੀ ਹੈ ਤੂੰ? ਮੈਂ ਹੁਣੀ ਵੇਖ ਲੈਣਾ। ਬਾਹਰ ਨਿਕਲ ਚਾਚਾ ਮਿਸਤਰੀ, ਬਾਹਰ ਨਿਕਲ। ਓ ਚਾਚਾ ਮਿਸਤਰੀ, ਚਾਚਾ ਮਿਸਤਰੀ, ਮੈਨੂੰ ਲੱਗਦਾ ਅੰਦਰ ਕਿਸੇ ਬੇਹੋਸ਼ ਹੋ ਕੇ ਲੇਟੇ ਆ। ਇਹਨੂੰ ਸਮਝ ਨਹੀਂ ਆ। ਓ ਚਾਚਾ ਮਿਸਤਰੀ, ਕਿਹੜਾ ਨੀਨਾ ਪੁੱਤਰ ਹੋ? ਓ ਖਾਨਾ ਖਰਾਬ ਹੋਵੇ, ਇਸ ਮਿਸਤਰੀ ਦਾ ਬੇੜਾ ਗਰਕ ਹੋ ਗਿਆ ਤੂੰ। ਓਏ ਕੀ ਤਾ ਇਸ ਮਿਸਤਰੀ ਤੂੰ ਇੰਨਾ ਤੰਗ ਆਇਆ ਪਿਆ ਦਾ? ਹਾਂ, ਤੈਨੂੰ ਮੈਂ ਦੱਸ ਨਹੀਂ ਸਕਣਾ। ਜੇ ਤੂੰ ਉਹ ਕੋ ਤੰਗ ਹੈ ਨਾ, ਇੱਕ ਦਿਹਾੜੀ ਲਈ ਮੈਨੂੰ ਦੇ ਦੇ। ਮੈਂ ਤੈਨੂੰ ਹੱਥ ਜੋੜਨਾ ਖੁਦਾ ਦਾ ਨਾਂ, ਇਸ ਮਿਸਤਰੀ ਨੂੰ ਇਸ ਘਰ ਵਿੱਚੋਂ ਬਸ ਕੱਢ ਦੇ। ਕਿਉਂ ਹੋਇਆ ਕੀ ਦੱਸਦੇ ਸਹੀ? ਨਾ ਮੁਰਾਦ ਐਸਾ, ਮੈਨੂੰ ਆਂਦਾ ਕਿ ਤੇਰਾ ਬਾਥਰੂਮ ਇੱਕ ਦਿਨ ਵਿੱਚ ਤਿਆਰ ਕਰਕੇ ਸਾ, ਅੱਜ ਵੇਲੇ 5 ਦੇ 9 ਦੇ ਅੰਦਰ ਹੀ ਨਹੀਂ ਪੈ ਨਿਕਲਦਾ ਇਹਦਾ। 5 ਦਿਨ ਹੋ ਗਏ ਨੇ? ਹਾਂ, ਉਹ ਚੈੱਕ ਕਰ ਕਿਹੜੇ ਅੰਦਰ ਵੜਿਆ। ਹਾਂ, ਆ ਛੋਰ ਕੌਣ? ਇਹ ਮੇਰੀ ਬੀਵੀ ਹੈ। ਹਾਂ, ਅੱਛਾ, ਉਹ ਮੈਂ ਸਦਕੇ ਜਾਵਾਂ, ਇਹਨੂੰ ਮਿਸਤਰੀ ਕੋਲ ਲੈ ਕੇ ਜਾਂਦਾ ਪਿਆ। ਉਹ ਨਹੀਂ ਓਏ, ਮਿਸਤਰੀ ਕੋਲ ਮੈਂ ਕਿਹਾ ਸ਼ਾਇਦ ਇਹਨੂੰ ਕੋਈ ਕਰਮਾਲਾ ਗਰਮੂਲਾ ਫਰਾਣਾ ਹੋਵੇਗੀ। ਕਰਮਾਲਾ ਪਹਿਲੇ ਫਿਰਿਆ। ਮੈਂ ਸਦਕੇ ਜਾਵਾਂ, ਵੇਖੋ ਕੀ ਦੌਰ ਆ ਗਿਆ। ਇੱਕ ਸ਼ੋਰ ਆਪਣੀ ਬੀਵੀ ਕੋ ਸਾਥ ਲੈ ਕੇ ਮਿਸਤਰੀ ਕੇ ਪਾਸ ਜਾ ਰਿਹਾ ਹੈ। ਇਹਦੀ ਕਿਹੜੀ ਟੁੱਟ ਬੱਜ ਜਿਹੜੀ ਸਹੀ ਕਰਵਾਉਣੀ ਹੈ? ਉਹ ਜਾਣ ਵਾਲੀ ਹੈ ਮਿਸਤਰੀ ਦੇ ਕੋਲ? ਮੈਂ ਸਦਕੇ ਜਾਵਾਂ, ਉਂਝ ਤੇਰੀ ਬੀਵੀ ਵਾਹ ਵਾਹ ਸੋਹਣੀ। ਹਾਂ, ਦੇਖ ਲੈ। ਐਵੇਂ ਦਾ ਯਕੀਨ ਮੈਂ, ਸਾਡੇ ਪਿੰਡ ਰੂਸੀ ਟਰੈਕਟਰ ਹੁੰਦੇ ਨੇ, ਅਗਲੇ ਟਾਇਰ ਨਿੱਕੇ ਤੇ ਪਿਛਲੇ ਵੱਡੇ। ਯਕੀਨ ਮੰਨ, ਰੂਸੀ ਟਰੈਕਟਰ? ਹਾਂ, ਅਮਰੀਕਾ ਤੋਂ ਮਿਸਤਰੀ ਆ ਕਿੱਥੇ? ਮਿਸਤਰੀ ਅੰਦਰ ਹੈ, ਇਹ ਦੱਸ ਹੈ ਕੌਣ ਵੇ? ਓਏ, ਉਹਦੇ ਚਾਚਾ ਮਿਸਤਰੀ ਨਹੀਂ, ਉਹਦੀ ਧੀ ਹੂ। ਅੱਛਾ, ਤੇ ਆ ਹੈ ਚਾਚਾ ਮਿਸਤਰੀ ਦੀ ਧੀ? ਹਾਂ, ਫੇਰ ਕਿਉਂ ਛੋਰੇ? ਹਾਂ ਬੋਲੋ। ਆ ਚਾਚਾ ਮਿਸਤਰੀ ਆਪਨੇ ਜਾਮਾ ਹੈ? ਨਹੀਂ, ਮੈਨੇ ਨਹੀਂ ਜਾਮਾ, ਉਹਨਾਂ ਨੇ ਮੁਝੇ ਜਾਮਾ ਹੈ। ਉਹ ਆ ਗੱਲ ਹੋਈ ਇੰਟੀਗ੍ਰੇਸ਼ਨ, ਇਦਲੀ ਉਦਲੀ ਤੇ ਕੰਪਾਸ ਪੈ ਗਿਆ। ਆ ਆਦੇ ਪਿਓ ਨੂੰ ਸਮਝਾ ਲਾ, ਬਸ ਇਹਨੂੰ ਸਾਡੇ ਘਰ ਵਿੱਚੋਂ ਕੱਢ ਦੇ। ਮੈਂ ਕਿਉਂ ਕੱਢਾਂ? ਤੇਰਾ ਘਰ, ਤੂੰ ਜਾਣ, ਤੂੰ ਕੱਢ। ਉਹ ਨਾ ਮਰਾਦ, ਵੇਖੇ ਨਾ, ਸਾਡੇ ਸਾਰੇ ਮੱਖਣ ਖਾਧੀ ਜਾਂਦਾ, ਦੇਸੀ ਘਿਓ ਖਾਧੀ ਜਾਂਦਾ, ਸਾਰੀਆਂ ਰੋਟੀਆਂ ਪੀੜੀ ਜਾਂਦਾ ਇਹਦਾ। ਅੱਛਾ, ਤੇ ਵੇਖੇ ਨਾ, ਸਾਡਾ ਇੱਡਾ ਭਰਿਆ ਹੋਇਆ ਡਰਾਮਾ ਦਾ ਕਣਕ ਦਾ, ਜਾ ਕੇ ਵੇਲੇ ਸਿਰਫ ਹਲੇ ਡੇਢ ਬੰਨ ਰਹਿ ਗਿਆ ਇਹਦਾ। ਬਸ ਸਾਡੀ ਲੱਸੀ ਵੀ ਪੀਤੀ ਜਾਂਦਾ ਸਾਰੀ, ਅਸੀਂ ਆਪਦੇ ਕੱਟੇ ਨੂੰ ਪਵਾਉਣੀ ਹੁੰਦੀ ਕਿ ਥੋੜਾ ਜਿਹਾ ਵਾਹਵਾ ਜਵਾਨ ਹੋਵੇ, ਤਾਂ ਕਹਿ ਸਾਨੂੰ ਵੇਚੀਏ ਤਾਂ ਆਪਦਾ ਹਿਸਾਬ ਕਿਤਾਬ ਸਿੱਧਾ ਕਰੇ। ਕੱਟੇ ਦਾ ਤੇਲ ਪਾਣੀ ਸੁਣਿਆ, ਲੱਸੀਆਂ ਕੌਣ? ਹਾਲੇ ਤੈਨੂੰ ਪਤਾ ਹੀ ਨਹੀਂ, ਕੱਟਾ ਲੱਸੀ ਵੀ ਪੀਂਦਾ, ਜਦੋਂ ਮੈਂ ਮੂੰਹ ਵਿੱਚ ਪਾ ਕੇ ਬੜੂੰ ਬੜੂੰ ਕਰਦਾ ਹੈ ਨਾ, ਉਦੋਂ ਐਵੇਂ ਦਾ ਹੋ ਜਾਂਦਾ। ਅੱਛਾ, ਬੜੂੰ ਬੜੂੰ ਕਰਦਾ? ਹਾਂ। ਤੂੰ ਚਾਹੁੰਦਾ ਕਿ ਚਾਚਾ ਮਿਸਤਰੀ ਜਿਹੜਾ ਤੇਰੇ ਘਰ ਲੱਗੇ? ਆਹੋ, ਚੱਲ ਆ ਤੂੰ ਮੇਰੇ ਨਾਲ ਲੱਗ, ਆਪਾਂ ਉਹਨੂੰ ਰਲ ਕੇ ਬਾਹਰ ਕੱਢ ਕੇ। ਆਹੋ ਚਾਚਾ ਮਿਸਤਰੀ, ਇਹਨਾਂ ਰਾਜਾ ਪਾਈ ਕਰ ਦੇ ਬਾਹਰ। ਕੀ ਹੋਇਆ?
ਸਾਡੇ ਦੋਵਾਂ ਕੋਠਿਆਂ ਦੇ ਤੂੰ ਛੱਤਾਂ ਡੇਗ ਦਿੱਤੇ, ਹੁਣ ਅਸੀਂ ਸੋਵਾਂਗੇ ਕਿੱਥੇ? ਉਹ ਚੱਲ ਦਿਆ ਬੱਚਿਓ, ਉਹ ਪਾਗਲੋ, ਮੇਰਾ ਕਿਹੜਾ ਕਸੂਰ ਏ? ਹੋਰ ਤੁਹਾਡਾ ਕਸੂਰ ਏ? ਇਹਦੇ ਸਾਡਾ ਕਿਹੜਾ ਕਸੂਰ ਏ? ਤੈਨੂੰ ਅਸੀਂ ਬਾਥਰੂਮ ਬਣਾਉਣ ਲਈ ਕਿਹਾ ਆਦਾ? ਉਹ ਬਾਥਰੂਮ ਬਣਾ ਰਹੇ ਸੀ ਮੈਂ, ਅੱਛਾ ਛੱਤ ਤੱਕ ਮੈਂ ਪਹੁੰਚ ਗਿਆ। ਫਿਰ ਅੱਲਾ ਦੇ ਬੰਦਿਓ, ਅਸਲ ਵਿੱਚ ਤੁਹਾਡੀ ਜਗ੍ਹਾ ਏ ਪੋਲੀ, ਜਗ੍ਹਾ ਹੈ ਨਰਮ, ਪਾਣੀ ਛੱਡਦੀ ਏ। ਉਹ ਤੁਰ ਉਹ ਹਾਜ ਮੈਂ ਇਹ ਦੀਵਾਰ ਖੜੀ ਕੀਤੀ ਏ ਤਾਂ ਗਿਆ ਮੈਂ ਥੋੜਾ ਜਿਹਾ, ਫਿਰ ਤੇ ਉਹ ਧੜਾਮ ਕਰਕੇ ਅਸਲ ਵਿੱਚ ਮੇਰਾ ਗਲਮਾਰਾ ਦੇਖਦੀ ਸੀ ਥੱਲੇ ਥੱਲੇ ਛੱਡ ਤੂੰ ਥੱਲੇ। ਉਹ ਔਰਤ ਕੌਣ ਏ ਅੰਦਰ ਸੋਹਣੀ ਜਿਹੀ? ਉਹ ਭਰਜਾਈ ਏ ਮੇਰੀ। ਤੇਰੀ ਭਰਜਾਈ ਏ? ਹਾਂ। ਬਸ ਉਹਦੀ ਗਲਤੀ ਨਾਲ ਤੁਹਾਡੀ ਛੱਤ ਡਿੱਗੀ ਜੀ। ਉਹ ਕੀ ਉਹਨੇ ਕੀ ਗਲਤ ਕੀਤਾ? ਇਹ ਗਲਮਾਰਾ ਡਿੱਗੇ ਥੱਲੇ ਤੇ ਮੈਂ ਕਿਹਾ ਸੋਹਣਿਓ ਜ਼ਰਾ ਗਲਮਾਰਾ ਤੇ ਫੜਾਓ। ਅੱਛਾ ਉਹ ਮੈਨੂੰ ਆਈਏ ਗਲਮਾਰਾ ਦੇਣ ਵਾਸਤੇ ਉੱਤੇ ਉੱਤੇ, ਉਹ ਜਿਹੜੇ ਵੇਲੇ ਉੱਤੇ ਆਈਏ ਤੇ ਧੜਮ ਮੇਰੇ ਤੇ ਡਿੱਗੀ, ਉਹ ਮੇਰੇ ਤੇ ਡਿੱਗੀ ਏ, ਮੈਂ ਥੱਲੇ ਤੇ ਤੇਰੀ ਭਰਜਾਈ ਉੱਤੇ। ਅੱਛਾ ਥੋੜੀ ਦੇਰ ਬਾਅਦ ਤੇਰੀ ਭਰਜਾਈ ਥੱਲੇ ਤੇ ਮੈਂ ਉੱਤੇ, ਮੈਂ ਥੱਲੇ ਤੇ ਉਹ ਉੱਤੇ, ਮੈਂ ਉੱਤੇ ਤੇ ਉਹ ਥੱਲੇ, ਇਸ ਤਰ੍ਹਾਂ ਮੁੜ ਤੁਹਾਡੀ ਛੱਤ ਡਿੱਗ ਪਈ ਏ। ਉਹ ਤੇਰਾ ਖਾਨਾ ਖਰਾਬ ਹੋਵੇ। ਆ ਛੋਰੇ ਸੁਣ ਲਈ ਆਪਦੇ ਪਿਓ ਦੀਆਂ ਰਕਤਾਂ, ਇੱਥੋਂ ਬਿਲਕੁਲ ਨਹੀਂ ਤੂੰ ਜਾ ਸਕਣਾ। ਕੁੜੀ ਮੇਰੀ ਤੇਰੀ ਕਰ ਰਹੀ ਹੈ ਇੱਥੇ? ਮੇਰੀ ਬੇਟੀ ਪਰਦਾ ਕਰਦੀ ਹੈ ਭਾਈ। ਭਾਈ ਇਹ ਸਾਡਾ ਪੁਰਾਣਾ ਸਟਾਈਲ ਨੀ ਜਿਹੜਾ, ਉਹ ਟੋਪੀ ਵਾਲਾ ਬੁਰਕਾ, ਇਹ ਟੋਪੀ ਵਾਲਾ ਬੁਰਕਾ ਪਾ ਕੇ ਤੇ ਬਾਹਰ ਜਾਂਦੀ ਹੈ। ਟੋਪੀ ਵਾਲਾ ਬੁਰਕਾ ਕੀ ਹੁੰਦਾ? ਤੁਹਾਡੀ ਔਰਤਾਂ ਨੂੰ ਟੋਪੀ ਨਸੀਬ ਹੋਈ ਹੋਵੇ ਤੇ ਤੁਹਾਨੂੰ ਪਤਾ ਹੋਵੇ। ਦੋਰੋ ਉਹ ਤੇ ਮੂੰਹ ਤੇ ਇਸ ਤਰ੍ਹਾਂ ਦੀ ਇਤਨੀ ਇੱਕ ਛਿੱਗੀ ਚੜਾ ਕੇ ਤੁਰਦੀਆਂ ਫਿਰਦੀਆਂ, ਇਹ ਪੂਰਾ ਪਰਦਾ ਕਰਦੀ ਹੈ। ਬਚਪਨ ਤੋਂ ਟੋਪੀਆਂ ਦੇ ਰਹੀਆਂ। ਬਚਪਨ ਤੋਂ ਮੇਰਾ ਮਤਲਬ ਹੈ ਕਿ ਅਸੀਂ ਇਹ ਸਾਡੀ ਸਕਾਫਤ ਤੇ ਸਾਡਾ ਕਲਚਰ ਹੈ। ਓਏ ਕਿਹੜਾ ਕਲਚਰ? ਓਏ ਲੁੱਡੀਆਂ ਪਾਣ ਵਾਲੇ ਡੱਡੂ, ਕਿਹੜਾ ਕਲਚਰ ਹੈ ਤੇਰਾ? ਓ ਸਮਝਾ ਆਪਣੇ ਸਾਲੇ ਨੂੰ। ਕਿਹੜਾ ਸਾਲਾ? ਓਏ ਕੋਈ ਤਾਂ ਸਾਲਾ ਨਹੀਂ, ਇਹ ਮੇਰਾ ਕੋਈ ਸਾਲਾ ਸੁਲਾ ਨਹੀਂ, ਤੂੰ ਮੈਨੂੰ ਗੁਜ਼ਾਰਦਾ ਨਾ ਪਾ। ਅੱਜ ਤੂੰ ਇੱਥੋਂ ਬਿਲਕੁਲ ਨਹੀਂ ਜਾ ਸਕਣਾ ਜਿੰਨੇ ਚਿਰ ਸਾਡੇ ਦੋਵੇਂ ਕਮਰਿਆਂ ਦੇ ਛੱਤਾਂ ਨਹੀਂ ਬਣਾਏਗਾ। ਉਹ ਬਣਾ ਦੇਗਾ ਛੱਤਾਂ, ਉਹ ਤੈਨੂੰ ਸੌ ਤੋਂ ਬਾਕੀ ਬਾਹਰ ਨਾ ਹੀ ਕਰ, ਇਹ ਲਿਫੰਗੇ ਨੇ। ਅੱਛਾ ਬਾਜੀ ਠੀਕ ਹੈ, ਚੱਲ ਅੰਦਰ ਚੱਲ। ਓਕੇ ਠੀਕ ਹੈ, ਉਹ ਚੱਲ ਅੰਦਰ ਮਾਂ ਨਾ, ਚੱਲ ਅੰਦਰ ਹੁਣ ਬਾਹਰ ਨਾ ਹੀ, ਚੱਲ ਅੰਦਰ ਮੈਂ ਆ ਰਿਹਾ। ਤੂੰ ਕਿੱਥੇ ਆ ਰਿਹਾ? ਮੈਂ ਉਹਦਾ ਉਹਨੂੰ ਹਾਂ, ਜਦੋਂ ਈਦ ਹੋਵੇ ਫਿਰ ਭੈਣਾ ਕੋਲ ਆਈਦਾ ਈਦ ਦੇਣ ਵਾਸਤੇ। ਭੈਣਾ ਕੋਲ ਆਈ ਸ਼ਾਬਾਸ਼ ਜੀ ਆ ਨੋਵੇ ਤੇ ਮੈਂ ਕੋਈ ਭਾਈ ਮੈਂ ਕੋਈ ਛੱਤ ਛੁੱਤ ਨਹੀਂ ਬਣਾਣੀ ਤੇਰੀ, ਤੂੰ ਇੱਥੋਂ ਪੈਰਾਂ ਦੀ ਮਿੱਟੀ ਨਹੀਂ ਛੱਡ ਕੇ ਜਵਾਨਾਂ ਇੱਥੋਂ ਜਾ ਸਕਦਾ? ਓ ਮੇਰੀਆਂ ਪੰਜ ਦਿਹਾੜੀਆਂ ਦਿਓ ਤੇ ਮੈਂ ਜਾਵਾਂ, ਇਹ ਤੁਹਾਡੀ ਜਗ੍ਹਾ ਠੀਕ ਨਹੀਂ ਏ, ਨਾਲੇ ਤੇਰੀ ਭਰਜਾਈ ਸੋਹਣੀ ਜਈ ਮੈਨੂੰ ਗੱਲਾਂ ਚਲਾਉਂਦੀ ਏ, ਦੀਵਾਰ ਡਿੱਗ ਪੈਂਦੀ ਏ। ਤੇ ਨਾ ਮਰਾਦਾ ਤੂੰ ਕੰਮ ਕੀਤਾ ਕਰਨਾ ਸਾਡੀਆਂ, ਤੂੰ ਭਰਜਾਈਆਂ ਉੱਤੇ ਅੱਖਾਂ ਰੱਖਣਾ। ਇਹਦਾ ਅੱਖਾਂ ਕਾਹਦੀਆਂ ਮੈਂ ਰੱਖਣੀਆਂ?